ਇਸ ਤਰ੍ਹਾਂ ਦੀ ਇੱਥੇ ਕੋਈ ਕਰਪਸ਼ਨ ਨਹੀਂ ਚੱਲਦੀ। ਮਾਨਯੋਗ ਜੀ ਸਾਹਿਬ ਉੱਪਰ ਬੈਠੇ ਆ, ਉਹ ਵੀ ਨਿਗਰਾਨੀ ਰੱਖਦੇ ਆ, ਐਸ ਡੀ ਸਾਹਿਬ ਬੈਠੇ ਉਹ ਵੀ ਨਿਗਰਾਨੀ ਰੱਖਦੇ, ਸਰਕਾਰ ਵੀ ਇਸ 'ਤੇ ਬਹੁਤ ਯਾਨੀ ਕਿ ਹੈਗੀ ਆ ਵੀ ਕਹਿਣ ਵੀ ਪ੍ਰੈਸ਼ਰ ਵੀ ਧਿਆਨ ਰੱਖਦੀ ਹੈ, ਸਰਕਾਰ ਵੀ ਇਹ 'ਤੇ ਬਹੁਤ ਜ਼ਿਆਦਾ ਧਿਆਨ ਹੈਗਾ। ਜੇ ਕੋਈ ਇਸ ਤਰ੍ਹਾਂ ਦੀ ਡਿਮਾਂਡ ਕਰਦੋ ਸਾਨੂੰ ਦੱਸੋ, ਸਾਡੇ ਧਿਆਨ 'ਚ ਲਿਆਓ। ਕੁਛ ਆਮ ਲੋਕਾਂ 'ਚ ਚਰਚਾ ਬਣੀ ਹੋਈ ਹੈ ਤੁਹਾਡੇ ਅਗੇਂਸਟ, ਕੋਈ ਕੰਪਲੇਂਟ ਵੀ ਕੀਤੀ ਹੋਈ ਹੈ ਜੀ? ਹਾਂ, ਸਾਨੂੰ ਪਤਾ ਲੱਗ ਗਿਆ ਕੰਪਲੇਂਟ ਕੀਤੀ ਉਹਨੇ, ਉਹਦਾ ਅਸੀਂ ਆਪਦਾ ਕਾਨੂੰਨੀ ਪੱਖ ਉੱਥੇ ਜਿੱਥੇ ਵੀ ਸਾਨੂੰ ਬੁਲਾਇਆ ਗਿਆ ਅਸੀਂ ਆਪਦਾ ਕਾਨੂੰਨੀ ਪੱਖ ਰੱਖਾਂਗੇ ਉੱਥੇ, ਕਿਉਂਕਿ ਉਹ ਜਿਹੜਾ ਇਲਜ਼ਾਮ ਲਾਇਆ ਉਹ ਬੇਬੁਨਿਆਦ ਅਤੇ ਝੂਠੇ ਹੈਗੇ ਆ। ਉਹ ਸਾਨੂੰ ਪਤਾ ਲੱਗਾ ਬਲੈਕਮੇਲਿੰਗ ਬੰਦਾ ਹੈਗਾ, ਪ੍ਰੋਪਰਟੀ ਦਾ ਕੰਮ ਕਰਦਾ, ਇਸ ਤਰ੍ਹਾਂ ਦੇ ਗਲਤ ਕੰਮ ਸਾਡੇ ਕੋਲੋਂ ਪ੍ਰੈਸ਼ਰ ਪਾ ਕੇ ਸ਼ਿਕਾਇਤਾਂ ਕਰਕੇ ਕਰਵਾਉਣਾ ਚਾਹੁੰਦਾ, ਜਿਹੜਾ ਕਿ ਅਸੀਂ ਨਹੀਂ ਕਰਦੇ। ਨਾ ਸਾਨੂੰ ਪਤਾ, ਹਰਸ ਹਰਸ ਕਹਿੰਦੇ, ਆਪਾਂ ਤਾਂ ਪੂਰਾ ਜਾਣਕਾਰੀ ਨਹੀਂ ਵੀ ਕੀ ਨਾ ਹਰਸ ਹਰਸ ਕਰਕੇ ਕਹਿੰਦੇ ਜਾਣਿਆ ਜਾਂਦਾ ਉਹਨੂੰ। ਪਹਿਲਾਂ ਫੋਨ ਫਾਨ ਮੇਰੇ ਕੋਲ ਨੰਬਰ ਤਾਂ ਉਹਦਾ ਹੈ ਨਹੀਂ ਗਾ, ਫੋਨ ਕਰਦਾ ਰਿਹਾ ਵੀ ਯਾਰ ਚਿਸ਼ਤੀ ਕਰ ਦਿਓ, ਆਹ ਕੰਮ ਕਰ ਦਿਓ, ਯਾਨੀ ਕਿ ਪ੍ਰੈਸ਼ਰ ਪਾਉਂਦਾ ਰਿਹਾ। ਮੇਰਾ ਉਹਦੇ 'ਚ ਕੋਈ ਨਾਂ ਨਹੀਂ ਜੀ, ਉਹਦੇ ਵਿੱਚ ਫਰੀਡਮ ਫਾਈਟਰ ਐਸੋਸੀਏਸ਼ਨ ਦਾ ਨਾਂ ਹੈ, ਫਰੀਡਮ ਫਾਈਟਰ ਭਵਨ ਦਾ ਨਾਂ ਹੈ ਜੀ, ਠੀਕ ਹੈ ਜੀ। ਪਰ ਸਾਡੇ ਨਾਲ ਤਾਂ MLA ਦਾ ਕੋਈ ਰੌਲਾ ਨਹੀਂ, ਨਾ ਸਾਡਾ ਕਿਸੇ ਹੋਰ ਬੰਦੇ ਨਾਲ ਰੌਲਾ ਹੈ। ਇਹ ਤਾਂ ਕੋਈ ਐਂ ਲੱਗਦਾ ਵੀ ਇਹ ਜਿਵੇਂ ਕਿਤੇ ਇਲੈਕਸ਼ਨ ਨੇੜੇ ਆ ਗਈ ਹੈ ਅਤੇ ਆਪਸ 'ਚ ਇੱਕ ਦੂਜੇ ਨਾਲ ਮਿਹਣੋ ਮਿਹਣੀ ਹੁੰਦੇ ਆ, ਉਹਦੇ ਵਿੱਚ ਮੇਰਾ ਵੀ ਨਾਲ ਹੈ ਤਾਂ ਉਹ ਇੱਥੋਂ ਦੇ ਭਵਨ ਦਾ, ਪਰ ਅੱਛਾ ਸਾਡਾ ਉਹਦੇ ਨਾਲ MLA ਨਾਲ ਕੋਈ ਤਲਕ ਨਹੀਂ। ਉਹ ਤਾਂ ਇੱਕ ਹਫ਼ਤਾ ਪਹਿਲਾਂ ਸਾਨੂੰ 2 ਲੱਖ ਰੁਪਈਆ ਉਹਨੇ ਫਰੀਡਮ ਫਾਈਟਰ ਐਸੋਸੀਏਸ਼ਨ ਨੂੰ ਇਸ ਭਵਨ ਦੀ ਮੁਰੰਮਤ ਵਾਸਤੇ ਲਿਆ ਕੇ ਦਿੱਤਾ, ਠੀਕ ਹੈ ਜੀ। ਅਤੇ ਜਿਹੜਾ ਬੰਦਾ ਜਿਹਦਾ ਬੰਦੇ ਨੇ ਉੱਥੇ ਲੋਕਪਾਲ ਦੇ ਵਿੱਚ ਕੀਤਾ, ਜਿਹਨੂੰ ਹਰਸ਼ ਕਹਿੰਦੇ ਆ, ਅਸੀਂ ਤਾਂ ਨਾ ਉਹਨੂੰ ਜਾਣਦੇ ਹਾਂ, ਨਾ ਦੇ ਕਦੇ ਅਸੀਂ ਉਹਦਾ ਨਾਂ ਹੀ ਸੁਣਿਆ ਅੱਜ ਤੱਕ, ਸਾਨੂੰ ਨਹੀਂ ਪਤਾ ਕਿ ਉਹ ਬੰਦਾ ਕੌਣ ਹੈ ਅਤੇ ਉਹਨੇ ਇਹਦੇ ਉੱਤੇ ਕੀ ਕੀਤਾ। ਜੇਕਰ ਸਾਨੂੰ MLA ਜਾਂ ਕੋਈ ਲੋਕਪਾਲ ਕਿਸੇ ਅਦਾਲਤ 'ਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਅਸੀਂ ਸੋਫੀ ਜਾਵਾਂਗੇ, ਅਸੀਂ ਆਪਦਾ ਪੱਖ ਰੱਖਾਂਗੇ ਕਿ ਸਾਡਾ ਇਹਦੇ ਨਾਲ ਕੀ ਤਲਕ ਹੈ, ਠੀਕ ਹੈ ਜੀ। MLA ਦਾ ਸਾਡੇ ਨਾਲ ਕੋਈ ਤਲਕ ਨਹੀਂ ਗਾ, ਨਾ MLA ਦਾ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਡਿਸਪਿਊਟ ਹੈ। ਇਹ ਜਿਹੜੀ ਜਗ੍ਹਾ ਹੈਗੀ ਤੁਹਾਡੇ ਕੋਲ ਹੀ ਹੈ ਸਰ? ਇਹ ਜਗ੍ਹਾ ਫਰੀਡਮ ਫਾਈਟਰ ਦੀ ਜਗ੍ਹਾ ਜਿਹੜੀ ਹੈਗੀ ਹੈ ਤੁਹਾਡੇ ਕੋਲ ਕਬਜ਼ਾ? ਸਾਡੇ ਕੋਲ ਕਬਜ਼ਾ ਜੀ, ਆਹ ਚਾਬੀਆਂ ਮੇਰੇ ਕੋਲ, ਮੈਂ ਹੀ ਖੋਲ੍ਹ ਕੇ ਤੁਹਾਨੂੰ ਅੰਦਰ ਲੈ ਕੇ ਆਇਆ ਅਤੇ ਮੈਂ ਹੀ ਇੱਥੋਂ ਹੁਣੇ ਮੈਨੇਜਰ ਮੇਰਾ ਗੋਪਾਲ। ਸਰ ਇਸ ਤਰ੍ਹਾਂ ਹੈਗਾ ਵੀ ਮੈਂ ਸੰਮਨ ਜਿਹੜੇ ਅੱਜ ਹੀ ਦੇਖੇ ਸੀਗੇ, ਜਦੋਂ ਮੈਂ ਆਪਦਾ ਨਾਮ ਦੇਖਿਆ ਉਹ 'ਚ ਮੈਂ ਆਪ ਹੈਰਾਨ ਸੀਗਾ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਨਵਦੀਪ ਸਿੰਘ, ਮੈਂ ਹਲਕਾ ਧਰਮਕੋਟ ਵਿੱਚ ਪਟਵਾਰੀ ਲੱਗਾ ਹਾਂ। ਇਹਨਾਂ ਦਾ ਹਲਕਾ ਹੋਰ ਆ, ਮੈਂ ਲੱਗਾ ਇਹਨਾਂ ਦੇ ਹੋਰ ਹਲਕੇ 'ਚ ਲੱਗਾ ਹਾਂ, ਅਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰਾ ਨਾਮ ਇੱਧਰ ਕਿਉਂ ਜੋੜਿਆ, ਕਿਹੜੀ ਗੱਲੋਂ ਜੋੜਿਆ, ਇਹ ਸਮਝੋ ਬਾਹਰ ਹੀ ਹੈਗਾ ਜੀ। ਹਰਸ਼ ਨੂੰ ਜਾਣਦੇ ਜਿਹਨੇ ਕੰਪਲੇਂਟ ਕੀਤੀ, ਜਿਹਨੇ ਵੱਲੋਂ? ਨਾ ਤਾਂ ਮੈਂ ਹਰਸ਼ ਨੂੰ ਜਾਣਦਾ, ਮੈਂ ਨਾ ਹੀ ਪਹਿਲੀ ਵਾਰ ਸੁਣਿਆ ਵੀ ਹਰਸ਼ ਹੈ ਕੌਣ ਇਹ। ਜਿਹੜੇ ਦੋਸ਼ ਲੱਗ ਰਹੇ ਆ MLA 'ਤੇ, ਕੀ ਲੱਗਦਾ ਤੁਸੀਂ, ਗਲਤ ਆ ਸਹੀ ਹੈ? ਦੋਸ਼ ਤਾਂ ਲੱਗਣ ਜੇ ਮੈਂ ਮੰਨ ਕੇ ਚੱਲੋ ਵੀ ਉਹਨਾਂ ਨੂੰ ਜਾਣਦਾ ਵਾਂ, ਜਾਂ ਵੀ ਮੈਨੂੰ ਕਦੇ ਬੁਲਾਇਆ ਹੋਵੇ, ਪਰ ਉਹਨਾਂ ਨੇ ਨਾ ਤਾਂ ਉਹਨਾਂ ਨੂੰ ਮੈਂ ਅੱਜ ਤੱਕ ਮਿਲਿਆ ਕਦੇ, ਅਤੇ ਨਾ ਮੈਂ ਉਹਨਾਂ ਨੂੰ ਅੱਜ ਤੱਕ ਮੈਨੂੰ ਕਿਸੇ ਕੰਮ ਲਈ ਵੀ ਕਹਿ ਦਈਏ ਕਿਸੇ ਹੋਰ ਕੰਮ ਲਈ ਬੁਲਾਇਆ ਹੋਵੇ, ਨਹੀਂ ਉਹਨਾਂ ਨੇ ਮੈਨੂੰ ਕਿਸੇ ਅੱਜ ਤੱਕ ਕਿਸੇ ਹੋਰ ਕੰਮ ਲਈ ਬੁਲਾਇਆ ਮੈਨੂੰ ਕਦੇ।